ਨਾਭਾ ਬਲਾਕ ਦੇ ਪਿੰਡ ਨੋਰਾ ਦੇ ਮਜ਼ਦੂਰਾਂ ਵੱਲੋਂ ਐਸਟੀਐਮ ਦਫ਼ਤਰ ਨਾਭਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ, ਜਿਸ ਵਿੱਚ ਸੈਂਕੜੇ ਮਜ਼ਦੂਰਾਂ ਨੇ ਪਿੰਡ ਨੋਰਾ ਦੀ ਪੰਚਾਇਤ ਦੇ ਮਜ਼ਦੂਰ ਵਿਰੋਧੀ ਫੈਸਲੇ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪਿੰਡ ਨੋਰਾ ਦੀ ਪੰਚਾਇਤ ਨੇ ਆਪਣਾ ਫੈਸਲਾ ਪੰਚਾਇਤ ਦੇ ਲੈਟਰ ਪੈਡ ਉੱਤੇ ਲਿਖ ਕੇ ਪਿੰਡ ਵਿੱਚ ਵੰਡਿਆ, ਜਿਸ ਵਿੱਚ ਲਿਖਿਆ ਗਿਆ ਕਿ ਪਿੰਡ ਦੇ ਵਿੱਚ ਝੋਨੇ ਦੀ ਲਵਾਈ 700 ਰੁਪਏ ਪ੍ਰਤੀ ਬਿੱਘਾ ਹੋਵੇਗੀ, ਰਾਸ਼ਨ ਸਮੇਤ 650 ਰੁਪਏ ਪ੍ਰਤੀ ਬਿੱਘਾ ਹੋਵੇਗੀ। ਅਤੇ ਲੈਟਰ ਪੈਡ ਉੱਤੇ ਇਹ ਵੀ ਲਿਖਿਆ ਗਿਆ ਕਿ ਇਸ ਫੈਸਲੇ ਦੀ ਉਲੰਘਣਾ ਕਰਨ ਵਾਲਿਆਂ ਨੂੰ 50,000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਕਾਮਰੇਡ ਗੁਰਮੀਤ ਸਿੰਘ ਚੱਚੂ ਭੱਟ ਨੇ ਬੋਲਦੇ ਹੋਏ ਕਿਹਾ ਕਿ ਮਜ਼ਦੂਰਾਂ ਦੀ ਦਿਹਾੜੀ ਦੇ ਰੇਟ ਤੈਅ ਕਰਨ ਦਾ ਅਧਿਕਾਰ ਪੰਚਾਇਤ ਕੋਲ ਨਹੀਂ, ਲੇਬਰ ਦੇ ਰੇਟ ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਤੈਅ ਕਰਦੇ ਹਨ। ਆਗੂ ਨੇ ਇਹ ਵੀ ਕਿਹਾ ਕਿ ਜੁਰਮਾਨਾ ਕਰਨ ਦਾ ਅਧਿਕਾਰ ਵੀ ਪੰਚਾਇਤ ਕੋਲ ਨਹੀਂ ਅਤੇ ਜੁਰਮਾਨਾ ਕਰਨ ਦਾ ਅਧਿਕਾਰ ਤਾਂ ਸਿਰਫ ਜੱਜ ਸਾਹਿਬ ਕੋਲ ਹੀ ਹੁੰਦਾ ਹੈ। ਇਸ ਲਈ ਗ੍ਰਾਮ ਪੰਚਾਇਤ ਨੋਰਾ ਦੇ ਦੋਵੇਂ ਫੈਸਲੇ ਕਾਨੂੰਨ ਵਿਰੁੱਧ ਹਨ, ਜਿਨ੍ਹਾਂ ਨੂੰ ਤੁਗਲੱਕੀ ਫਰਮਾਨ ਵੀ ਕਿਹਾ ਜਾ ਸਕਦਾ ਹੈ। ਇਸ ਮੌਕੇ ਐਸਟੀਐਮ ਨਾਭਾ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਸਾਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਪਿੰਡ ਦੇ ਮਜ਼ਦੂਰ ਜੋ ਪੰਚਾਇਤ ਦੇ ਇਹਨਾਂ ਉਕਤ ਫੈਸਲਿਆਂ ਕਾਰਨ ਵਿਹਲੇ ਬੈਠ ਕੇ ਆਰਥਿਕ ਤੰਗੀਆਂ ਦਾ ਸਾਹਮਣਾ ਕਰ ਰਹੇ ਹਨ, ਉਹਨਾਂ ਨੂੰ ਬਣਦਾ ਮੁਆਵਜ਼ਾ ਪੰਚਾਇਤ ਕੋਲੋਂ ਦਿਵਾਇਆ ਜਾਵੇ। ਪੰਚਾਇਤ ਨੇ ਜਦੋਂ ਉਕਤ ਫੈਸਲੇ ਕੀਤੇ ਤਾਂ ਮਜ਼ਦੂਰਾਂ ਦੇ ਕਿਸੇ ਵੀ ਵਿਅਕਤੀ ਨੂੰ ਉਸ ਵਿੱਚ ਬੁਲਾਇਆ ਨਹੀਂ ਗਿਆ। ਇੱਥੋਂ ਤੱਕ ਮਜ਼ਦੂਰਾਂ ਦੇ ਦੋ ਮੈਂਬਰ ਪੰਚਾਇਤ ਵਿੱਚ ਹਨ, ਉਹਨਾਂ ਨੂੰ ਵੀ ਇਹ ਫੈਸਲੇ ਕਰਨ ਸਮੇਂ ਇਕੱਠ ਵਿੱਚ ਬੁਲਾਇਆ ਨਹੀਂ ਗਿਆ। ਐਸਟੀਐਮ ਨੇ ਪੰਚਾਇਤ ਖਿਲਾਫ਼ ਬੰਦੀ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਹੈ। ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ। ਮੈਂ ਕਾਮਰੇਡ ਗੁਰਮੀਤ ਸਿੰਘ, ਸੂਬਾ ਆਗੂ ਕੁੱਲ ਹਿੰਦ ਕਿਸਾਨ ਸਭਾ, ਅੱਜ ਆਪਣੇ ਤਹਿਸੀਲ ਨਾਭਾ ਦੇ ਪਿੰਡ ਨੋਰਾ ਦਾ ਮਸਲਾ ਹੈ ਜਿਹਦੇ ਲਈ ਸਿਰਫ ਪਿੰਡ ਨੋਰੇ ਦੇ ਇਹ ਸਾਰੇ ਲੋਕ ਇਕੱਠੇ ਹੋ ਕੇ ਆਏ ਹੈ। ਨੋਰੇ ਦੀ ਪੰਚਾਇਤ ਨੇ ਜੋ ਆਹ ਲੈਟਰ ਪੈਡ 'ਤੇ ਸਾਡੇ ਕੋਲ ਕਾਪੀ ਹੈ, ਤੁਗਲਕੀ ਫਰਮਾਨ ਜਾਰੀ ਕਰਤਾ, ਹੁਕਮਨਾਮਾ ਜਾਰੀ ਕਰਤਾ ਵੀ 700 ਰੁਪਈਆ ਬਿੱਘਾ ਜੀਰੀ ਦੀ ਲਵਾਈ ਦੇਵਾਂਗੇ, ਜੇ ਰਾਸ਼ਨ ਲੈਣਾ ਤਾਂ 650 ਰੁਪਈਆ ਬਿੱਘਾ ਦੇਵਾਂਗੇ, ਜਿਹੜਾ ਇਸਦਾ ਉਲੰਘਣਾ ਕਰੂਗਾ ਫੈਸਲੇ ਦੀ ਉਹਨੂੰ 50,000 ਰੁਪਈਆ ਜੁਰਮਾਨਾ ਕਰਾਂਗੇ। ਜਦਕਿ ਜੁਰਮਾਨਾ ਕਰਨ ਦਾ ਅਧਿਕਾਰ ਪੰਚਾਇਤ ਕੋਲ ਕੋਈ ਹੈ ਨਹੀਂ, ਜੁਰਮਾਨੇ ਦਾ ਅਧਿਕਾਰ ਸਿਰਫ ਅਤੇ ਸਿਰਫ ਜੱਜਾਂ ਕੋਲ ਹੈ, ਔਰ ਰੇਟ ਲੇਬਰ ਦੇ ਤੈਅ ਕਰਨ ਦਾ ਅਧਿਕਾਰ ਸਿਰਫ ਅਤੇ ਸਿਰਫ ਡੀ ਸੀ ਸਾਹਿਬ ਕੋਲ ਹੈ, ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਰੇਟ ਜਾਰੀ ਕਰਦੇ ਆ।
इसलिए असी अज मंग करन आए हां कि उन्हां लोकां दे खिलाफ बनदी कार्रवाई की जाए जिहड़ी पंचायत ने यह गैर कानूनी मता पाया गैर कानूनी हुक्म जारी किया। मेन मंग यह भी पंचायत के खिलाफ कार्रवाई होवे नाले मजदूरों का जिहड़ा नुकसान हो गया यह घर वेले बैठे है इन्हां दी रोटी रोजी तो औखा होया वै इन्हों का जिहड़ा भरपाई की जाए इन्हों जिहड़ा कम दा नुकसान होया सिर्फ पंचायत करके होया इसलिए पंचायत तो भरपाई करवाई जाए इन्हां दी जिहड़ी है रोटी रोजी चलती रहे। पिछले साल जो दिता है पर उन्होंने घटा के इस वे 700 रुपये पर बीघे के हिसाब से सानू एक फरमान जारी कर दिता भी असं वध नहीं देंगे। क्यों नहीं देंगे भी असी जे कोई इहदी उलंघना करूगा मजदूर जां किसान असी उन्हूं 50,000 रुपया जुर्माना देवांगे। अज्ज जदों कि 50% जीरी लग चुकी है साडा मजदूर तबका जिहड़ा वह बिल्कुल वेली बैठा है ना तो घर रोटी है ना पानी है ना कुछ होर है सारे बिल्कुल कम छड के घर बैठे ने। असी इस मंग करते हैं कि सारी 15 दिन की पिछले दी जो अद्धी जीरी लग चुकी है उसकी भरपाई आर्थिक तौर पर साडे मजदूरों को दी जाए जी। असी मंग पत्र साडे जिहड़े एस डी एम ने साडे तहसील दे उन्होंने मंग पत्र देना है जी।